ਸ੍ਰੀ ਕਾਲ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ ਪੀਐਸਟੈਟ ਸਟੱਡੀ ਨੋਟਸ ਦੇ ਉੱਪਰ ਜੀ ਸੋ ਐਸਐਸ ਮਾਸਟਰ ਕਲਾਟਰ ਦੀ ਤਿਆਰੀ ਕਰ ਰਹੇ ਵਿਦਿਆਰਥੀ ਜਿਨ੍ਹਾਂ ਨੇ ਹਿਸਟਰੀ ਚੁਜ਼ ਕੀਤਾ ਜੀ ਔਰ ਪੀਐਸਟੈਟ 2 ਦੀ ਪ੍ਰੈਪਰੇਸ਼ਨ ਕਰ ਰਹੇ ਵਿਦਿਆਰਥੀ ਜਿਨ੍ਹਾਂ ਦਾ ਕੰਬੀਨੇਸ਼ਨ ਐਸਐਸਟੀ ਹੈ ਜੀ ਉਹਨਾਂ ਵਾਸਤੇ ਅੱਜ ਅਸੀਂ ਲੈ ਕੇ ਆਏ ਜੀ ਮੌਕ ਟੈਸਟ ਨੰਬਰ 4 ਹੈ ਜੀ ਹਿਸਟਰੀ ਦਾ ਔਰ ਬਹੁਤ ਸਾਰੇ ਵਿਦਿਆਰਥੀਆਂ ਨੇ ਜਿਹੜਾ ਹੈ ਮੈਸੇਜ ਪਾਇਆ ਸੀ ਕਿ 6th ਦੀ ਵੀਡੀਓ ਵੀ ਪਾਈਆਂ ਜਾਣ ਤਾਂ 10 ਕੋ ਆਪਾਂ ਮੌਕ ਟੈਸਟ ਜਿਹੜੇ ਨੇ हिस्ट्री ਦੇ ਕਰਾਂਗੇ ਇੱਕ ਵਾਰੀ ਜੋ ਵੀ ਆਪਾਂ ਕੀਤਾ ਰਿਵਾਈਜ਼ ਕਰਾਂਗੇ ਉਸ ਤੋਂ ਬਾਅਦ ਜਿੰਨੇ ਆਪਣੇ ਟਾਪਿਕ ਰਹਿੰਦੇ ਨੇ ਔਰ ਸਵਿਕਸ ਦੀ ਜਿਹੜੀ ਰਿਵੀਜ਼ਨ ਹੈ ਹਿਸਟਰੀ ਦੇ ਜਿਹੜੇ ਟਾਪਿਕ ਰਹਿੰਦੇ ਨੇ ਉਹ ਕਰਾਂਗੇ ਔਰ ਸਵਿਕਸ ਦੀ ਜਿਹੜੀ ਰਿਵੀਜ਼ਨ ਹੈ ਉਹ ਸ਼ੁਰੂ ਕਰ ਦਿਆਂਗੇ ਜੀ ਨਵੇਂ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਹਰ ਵੀਡੀਓ ਦੇ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਮਿਲਦਾ ਰਹੇ ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਅੱਜ ਦਾ ਜਿਹੜਾ ਫਰਸਟ ਕੁਐਸਚਨ ਹੈ ਆਪਣਾ ਉਹ ਹੈ ਜੀ ਸੰਯੁਕਤ ਰਾਸ਼ਟਰ ਸੰਗ ਯੂਨੋ ਜਿਹੜਾ ਹੈ ਉਸ ਦਾ ਵਾਤਾਵਰਣ ਪ੍ਰੋਗਰਾਮ ਦਾ ਜਿਹੜਾ ਮੁੱਖ ਦਫਤਰ ਹੈ ਉਹ ਕਿੱਥੇ ਹੈ অপਸ਼ਨ A ਹੈ ਜੀ ਵਾਸ਼ਿੰਗਟਨ B ਹੈ ਜੀ ਨੈਰੋਬੀ C ਹੈ অপਸ਼ਨ ਪੈरिस ਸਹੀ ਅਨਸਰ ਬਿਲਕੁਲ অপਸ਼ਨ B ਹੈ ਜੀ ਨੈਰੋਬੀ ਦੇ ਵਿੱਚ ਹੈ ਜੀ ਸੰਯੁਕਤ ਰਾਸ਼ਟਰ ਜਿਹੜਾ ਹੈ ਯੂਨ ਹੈ ਉਸ ਦੀ ਵੱਖ-ਵੱਖ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵਾਤਾਵਰਣ ਪ੍ਰੋਗਰਾਮ ਦੀ ਸੰਸਥਾ ਵੀ ਹੈ ਉਸ ਦਾ ਮੁੱਖ ਦਫਤਰ ਜਿਹੜਾ ਨੈਰੋਬੀ ਦੇ ਵਿੱਚ ਹੈ ਜੀ ਸਾਰੀ ਇਸ ਦੀ ਡਿਟੇਲ ਵੀਡੀਓ ਅਪਲੋਡ ਹੈ ਜੀ ਉਹ ਦੇਖ ਸਕਦੇ ਹੋ ਕਿਸ ਦਾ ਦਫਤਰ ਕਿੱਥੇ ਦੇ ਵਿੱਚ ਹੈ ਬਹੁਤ ਇੰਪੋਰਟੈਂਟ ਵੀਡੀਓ ਹੈ ਔਰ ਇਹ ਨਿਰੋਬੀ ਜਿਹੜੀ ਹੈ ਅਫਰੀਕਾ ਦੇ ਵਿੱਚ ਹੈ ਜਕੀਨੀਆ ਕੀਨੀਆ ਦੀ ਰਾਜਧਾਨੀ ਹੈ ਜੀ ਕਈ ਵਾਰੀ ਜਿਹੜਾ ਹੈ ਐਗਜ਼ਾਮੀਨਰ ਸਾਨੂੰ ਛੋਟੇ ਛੋਟੇ ਨਾਲ ਲੱਗਦੀਆਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਕਿਉਂਕਿ ਐਗਜ਼ਾਮੀਨਰ ਕਈ ਵਾਰੀ ਉਲਝਾਨ ਦੇ ਲਈ অপਸ਼ਨ ਦੇ ਵਿੱਚ ਚੇਂਜ ਕਰ ਸਕਦਾ ਜਿਵੇਂ ਇੱਥੇ ਲਿਖ ਸਕਦਾ ਹੈ ਕਿ ਅਮਰੀਕਾ ਦੀ ਰਾਜਧਾਨੀ ਕੀਨੀਆ ਦੀ ਰਾਜਧਾਨੀ ਚੀਨ ਦੀ ਰਾਜਧਾਨੀ ਮਤਲਬ ਕਿੱਥੇ ਹੈ ਤਾਂ ਇਦਾਂ ਦੀ অপਸ਼ਨ ਦੇ ਕੇ ਉਲਝਾ ਸਕਦਾ ਹੈ ਸੋ ਇਸ ਕਰਕੇ ਇਹ ਵੀ ਯਾਦ ਰੱਖਣਾ ਹੈ ਕਿ ਜਿਹੜਾ ਵਾਤਾਵਰਣ ਪ੍ਰੋਗਰਾਮ ਦਾ ਮੁਖ ਦਫ਼ਤਰ ਹੈ ਉਹ ਨਿਰੋਬੀ ਦੇ ਵਿੱਚ ਹੈ ਨਿਰੋਬੀ ਜਿਹੜੀ ਹੈ ਕੀਨੀਆ ਦੀ ਰਾਜਤਾਨੀ ਹੈ ਕੁਐਸਚਨ ਨੰਬਰ 2 ਹੈ ਜੀ ਅੱਗੇ ਮੁਗਲ ਬਾਦਸ਼ਾਹ ਬਾਬਰ ਦਾ ਸਮਕਾਲੀ ਵਿਜੇਨਗਰ ਦਾ ਸ਼ਾਸਕ ਕੌਣ ਸੀ ਜੀ অপਸ਼ਨ A ਹੈ ਜੀ ਸਦਾਸ਼ਿਵ B ਹੈ ਹਰੀਹਰ C ਹੈ ਜੀ ਕ੍ਰਿਸ਼ਨਦੇਵ ਰਾਏ ਸਹੀ ਆਨਸਰ ਹੈ ਜੀ অপਸ਼ਨ B ਹਰੀਹਰ ਜਿਹੜਾ ਹੈ ਵਿਜੇਨਗਰ ਰਾਜ ਦਾ ਉਸ ਸਮੇਂ ਬਾਬਰ ਦਾ ਜਿਹੜਾ ਹੈ ਸਮਕਾਲੀ ਸੀ ਜੀ ਔਰ ਬਾਬਰ ਆਪਾਂ ਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਮੁਗਲ ਰਾਜ ਦੀ ਸਥਾਪਨਾ ਕਰਨ ਵਾਲਾ ਸੀ ਜਿਸ ਨੇ 1526 ਈਸਵੀ ਦੇ ਵਿੱਚ ਪਾਣੀਪਤ ਦੀ ਲੜਾਈ ਦੇ ਵਿੱਚ ਇਬਰਾਹਿਮ ਲੋਦੀ ਨੂੰ ਹਰਾ ਕੇ ਜਿਹੜਾ ਹੈ ਭਾਰਤ ਦੇ ਵਿੱਚ ਮੁਗਲ ਸਾਮਰਾਜ ਦੀ ਨੀਂਹ ਰੱਖੀ ਸੀ ਜੀ ਕੁਐਸਚਨ ਨੰਬਰ 3 ਹੈ ਜੀ ਉਰਦੂ ਭਾਸ਼ਾ ਨੂੰ ਸਰਪ੍ਰਸਤੀ ਦੇਣ ਵਾਲਾ ਪਹਿਲਾ ਮੁਗਲ ਬਾਦਸ਼ਾਹ ਕੌਣ ਸੀ অপਸ਼ਨ A ਹੈ ਜੀ ਅਕਬਰ B ਹੈ ਮੁਹੰਮਦ ਸ਼ਾ ਰੰਗੀਲਾ C ਹੈ ਜੀ ਸ਼ਾਹਜਾ ਆਨਸਰ ਆਏਗਾ ਜੀ অপਸ਼ਨ B ਮੁਹੰਮਦ ਸ਼ਾ ਰੰਗੀਲਾ ਜਿਹੜਾ ਹੈ ਉਰਦੂ ਭਾਸ਼ਾ ਨੂੰ ਸਰਪ੍ਰਸਤੀ ਦੇਣ ਵਾਲਾ ਬਾਦਸ਼ਾਹ ਸੀ ਜੀ ਪਹਿਲਾ ਮੁਗਲ ਬਾਦਸ਼ਾਹ ਸੀ ਜੀ ਅੱਗੇ ਹੈ ਜੀ ਕੁਐਸਚਨ ਨੰਬਰ 4 ਭਾਰਤ ਦਾ ਪਹਿਲਾ ਰਾਜਨੀਤਿਕ ਕੈਦੀ ਦੀ ਉਪਾਧੀ ਕਿਸ ਨੂੰ ਦਿੱਤੀ ਗਈ অপਸ਼ਨ ਏ ਹੈ ਬਾਲ ਗੰਗਾ タルਦਲਕ ਬੀ ਹੈ ਜੀ ਮਹਾਤਮਾ ਗਾਂਧੀ ਸੀ ਹੈ ਜੀ ਗੋਪਾਲ ਕ੍ਰਿਸ਼ਨ ਗੋਖਲੇ ਸਹੀ ਅਨਸਰ ਹੈ ਜੀ ਬਿਲਕੁਲ অপਸ਼ਨ ਏ ਬਾਲ ਗੰਗਾ タルਦਲਕ ਨੂੰ ਜਿਹੜਾ ਹੈ ਭਾਰਤ ਦਾ ਪਹਿਲਾ ਰਾਜਨੀਤਿਕ ਕੈਦੀ ਕਿਹਾ ਜਾਂਦਾ ਹੈ ਸੋ ਅੰਗਰੇਜ਼ੀ ਸਾਮਰਾਜ ਦੇ ਵਿਰੋਧੀ ਵਿਚਾਰਾਂ ਨੂੰ ਉਹਨਾਂ ਨੇ ਆਪਣੇ ਅਖਬਾਰ ਕੇਸਰੀ ਕੇਸਰੀ ਅਖਬਾਰ ਸੀ ਜੀ 발 ਗੰਗਾਧਰ tilak ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਸੀ ਔਰ ਜੇਕਰ ਕੇਸਰੀ ਦੀ ਭਾਸ਼ਾ ਪੁੱਛੀ ਜਾਏ ਤਾਂ ਉਹ ਮਰਾਠਾ ਭਾਸ਼ਾ ਸੀ ਜੀ ਇਸ ਦੇ ਰਾਈ ਉਹਨਾਂ ਨੇ ਲੋਕਾਂ ਦੇ ਵਿੱਚ ਰਾਸ਼ਟਰੀ ਭਾਵਨਾਵਾਂ ਨੂੰ ਜਿਹੜਾ ਹੈ ਉਜਾਗਰ ਕਰਨ ਵਾਲੇ ਜਿਹੜੇ ਸੀ 발 ਗੰਗਾਧਰ tilak ਉਹਨਾਂ ਨੂੰ ਜਿਹੜਾ ਹੈ ਪਹਿਲਾ ਭਾਰਤੀ ਪੱਤਰਕਾਰ ਜਿਹੜਾ ਉਸ ਨੂੰ ਜੇਲ੍ਹ ਜਾਣ ਦਾ ਮਾਣ ਪ੍ਰਾਪਤ ਹੈ ਜੀ ਔਰ ਇਹਨਾਂ ਦੇ ਪ੍ਰਕਾਸ਼ਿਤ ਜਿਹੜੇ ਲੇਖਾਂ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਗਿਆ ਸੀ ਔਰ ਵੈਲੈਂਟਾਈਨਸ ਰੋਲ ਨੇ ਜਿਹੜਾ ਬਾਲ ਗੰਗਾਧਰ tilak ਨੂੰ ਭਾਰਤੀ ਅਸ਼ਾਂਤੀ ਦਾ ਜਨਮਦਾਤਾ ਕਿਹਾ ਹੈ ਜਦਕਿ ਗੋਪਾਲ ਕ੍ਰਿਸ਼ਨ ਗੋਕਲੇ ਨੇ ਬਾਲ ਗੰਗਾਧਰ tilak ਨੂੰ ਭਾਰਤ ਦਾ ਹੀਰਾ ਕਿਹਾ ਕਾਮਯਾਂ ਦਾ ਰਾਜਾ ਤੇ ਮਹਾਰਾਸ਼ਟਰ ਦਾ ਰਤਨ ਕਿਹਾ ਕਈ ਵਾਰੀ ਕੁਐਸਚਨ ਆ ਜਾਂਦਾ ਕਿ ਬਾਲ ਗੰਗਾਧਰ tilak ਨੂੰ ਭਾਰਤ ਦਾ ਹੀਰਾ ਜਾਂ ਕਾਮਯਾਂ ਦਾ ਰਾਜਾ ਜਾਂ ਮਹਾਰਾਸ਼ਟਰ ਦਾ ਰਤਨ ਕਿਸ ਨੇ ਕਿਹਾ ਤਾਂ ਯਾਦ ਰੱਖਣਾ ਗੋਪਾਲ ਕ੍ਰਿਸ਼ਨ ਗੋਕਲੇ ਨੇ ਕਿਹਾ ਜੀ ਜੇਕਰ ਉਲਟ ਹੁੰਦਾ ਕਿ ਮਤਲਬ ਭਾਰਤ ਦਾ ਅਸ਼ਾਂਤੀ ਦਾ ਜਨਮਦਾਤਾ ਕਿਸ ਨੇ ਕਿਹਾ ਹੈ ਤਾਂ ਉਹ ਵੈਲੈਂਟਾਈਨਸ ਰੋਲ ਨੇ ਕਿ ਹੈ ਜੀ ਅੱਗੇ ਆ ਜੀ ਕੁਐਸਚਨ ਨੰਬਰ 5 ਹੈ ਜੀ ਮਾਉਂਟ ਬੈਟਨ ਯੋਜਨਾ ਦੇ ਤਹਿਤ ਪਾਕਿਸਤਾਨ ਦੇ ਲਈ ਅਲੱਗ ਸੰਵਿਧਾਨ ਸਭਾ ਦਾ ਗਠਨ ਕਦੋਂ ਕੀਤਾ ਗਿਆ ਆਪਸ਼ਨ ਏ ਜੀ 3 ਜੂਨ 1947 ਬੀ ਹੈ ਜੀ 10 ਨਵੰਬਰ 1946 ਸੀ ਆਪਸ਼ਨ ਹੈ ਜੀ 10 ਅਗਸਤ 1947 ਤਾਂ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਏ ਜੀ 3 ਜੂਨ 1947 ਨੂੰ ਮੈਂ ਮਾਉਂਟਬੈਟਨ ਯੋਜਨਾ ਦੇ ਤਹਿਤ ਪਾਕਿਸਤਾਨ ਦੇ ਲਈ ਅਲੱਗ ਸਭਾਦਾਨ ਸਭਾ ਦਾ ਗਠਨ ਜਿਹੜਾ ਕੀਤਾ ਗਿਆ ਸੀ ਕਿਉਂਕਿ ਮੁਸਲਮਨ ਲੀਗ ਨੇ ਜਿਹੜਾ ਹੈ 1906 ਦੇ ਵਿੱਚ ਸਥਾਪਨਾ ਹੋਈ ਸੀ ਮੁਸਲਮਨ ਲੀਗ ਦੀ ਉਸਨੇ ਸਭਾਦਾਨ ਸਭਾ ਦੀ ਪਹਿਲੀ ਬੈਠਕ ਜੋ 9 ਦਸੰਬਰ 1946 ਨੂੰ ਹੋਈ ਸੀ ਉਸ ਦਾ ਵਿਰੋਧ ਕੀਤਾ ਸੀ ਸੋ ਇਸ ਕਰਕੇ ਜਿਹੜਾ ਹੈ ਅਲੱਗ ਸਭਾਦਾਨ ਸਭਾ ਦਾ ਗਠਨ ਕੀਤਾ ਗਿਆ ਸੀ 3 ਜੂਨ 1947 ਕੁਐਸਚਨ ਨੰਬਰ 6 ਹੈ ਜੀ ਰਿਗਵੇਦ ਗ੍ਰੰਥ ਵਿੱਚ ਸਭ ਤੋਂ ਅधिक ਵਾਰ ਜਿਕਰ ਕਿਹੜੀ ਨਦੀ ਦਾ ਕੀਤਾ ਗਿਆ ਹੈ অপশন এ ਜੀ ਸਰਸਵਤੀ B ਹੈ ਸਿੰਧੂ ਨਦੀ C ਹੈ ਜੀ ਗੰਗਾ ਨਦੀ ਤਾਂ ਸਹੀ ਅਨਸਰ ਹੈ ਜੀ অপশন B ਜੀ ਸਿੰਧੂ ਨਦੀ ਦਾ ਸਭ ਤੋਂ ਜ਼ਿਆਦਾ ਵਾਰ ਜ਼ਿਕਰ ਕੀਤਾ ਗਿਆ ਔਰ ਕੁੱਲ ਜਿਹੜਾ ਹੈ 25 ਨਦੀਆਂ ਦਾ ਜ਼ਿਕਰ ਰਿਗਵੇਦ ਦੇ ਵਿੱਚ ਕੀਤਾ ਗਿਆ ਜੀ ਯਮਨਾ ਦੀ ਗੱਲ ਕਰੀਏ ਤਾਂ ਤਿੰਨ ਵਾਰ ਤੇ ਗੰਗਾ ਦਾ ਇੱਕ ਵਾਰ ਜਿਹੜਾ ਉਸਦੇ ਵਿੱਚ ਜ਼ਿਕਰ ਕੀਤਾ ਗਿਆ ਜੀ ਔਰ ਸਭ ਤੋਂ ਪਵਿੱਤਰ ਰਿਗਵੇਦ ਦੇ ਵਿੱਚ ਨਦੀ ਦੱਸਿਆ ਗਿਆ ਸਰਸਵਤੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 7 ਆਰਾਮ ਹਰਾਮ ਹੈ ਦਾ ਨਾਰਾ ਕਿਸ ਨੇ ਦਿੱਤਾ ਆਪਸ਼ਨ A ਜੀ ਮਹਾਤਮਾ ਗਾਂਧੀ B ਹੈ ਪੰਡਤ ਜਵਾਰਲਾਲ ਨਹਿਰੂ ਆਪਸ਼ਨ C ਹੈ ਜੀ ਅੱਗੇ ਬਾਲ ਗੰਗਾਧਰ tilak ਆਨਸਰ ਆਏਗਾ ਜੀ ਆਪਸ਼ਨ B ਜੀ ਪੰਡਤ ਜਵਾਰਲਾਲ ਜੀ ਦੁਆਰਾ ਨਾਰਾ ਦਿੱਤਾ ਗਿਆ ਸੀ ਆ ਆਰਾਮ ਹਰਾਮ ਹੈ ਔਰ ਇਨਕਲਾਬ ਦਾ ਨਾਰਾ ਜਿਹੜਾ ਹੈ ਯਾਦ ਰੱਖਣਾ ਇਕਬਾਲ ਦੁਆਰਾ ਔਰ ਇਨਕਲਾਬ ਜਿੰਦਾਬਾਦ ਦਾ ਨਾਰਾ ਜਿਹੜਾ ਉਹ ਸ਼ਹੀਦ ਭਗਤ ਸਿੰਘ ਜੀ ਦੁਆਰਾ ਦਿੱਤਾ ਗਿਆ ਸੀ ਭਾਰਤ ਛੱਡੋ ਆਪਾਂ ਨੂੰ ਪਤਾ ਮਹਾਤਮਾ ਗਾਂਧੀ ਜੀਵਾਰਾ ਦਿੱਤਾ ਗਿਆ ਸੀ ਸੋ ਇਸ ਨਾਰਿਆਂ ਦੀ ਵੀ ਪੂਰੀ ਇੱਕ ਵੀਡੀਓ ਅਪਲੋਡ ਹੈ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 8 1857 ਲਿਖਣਾ ਜੀ ਇੱਥੇ 53 ਨਹੀਂ ਜੀ 57 ਦਾ ਵਿਦਰੋਹ ਈਸ਼ਵਰ ਦੀ ਭੇਜੀ ਗਈ ਸਮੱਸਿਆ ਕਿਹੜੇ ਵਿਦਵਾਨ ਦਾ ਮਤ ਹੈ ਆਪਸ਼ਨ A ਸ਼ਸ਼ੀਪੂਸ਼ਨ B ਹੈ টিਆਰ ਹੋਮਸ C ਹੈ ਜੀ ਇਸ਼ਨਾ ਇਸਾਈ ਮਿਸ਼ਨਰੀ ਤੇ ਏਵੰਜਲ ਜੀ ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ C ਹੈ ਜੀ ਈਸਾਈ ਮਿਸ਼ਨਰੀ ਤੇ ਈਵੇਜ਼ਕਿਲ ਨੇ ਜਿਹੜਾ ਹੈ 1857 ਈਸਵੀ ਦੇ ਵਿਦਰੋਹ ਨੂੰ ਈਸ਼ਵਰ ਦੀ ਭੇਜੀ ਗਈ ਸਮੱਸਿਆ ਕਿਹਾ ਗਿਆ। ਨੈਕਸਟ ਹੈ ਜੀ ਕੁਐਸਚਨ ਨੰਬਰ 9 ਮੁਗਲਾਂ ਅਤੇ ਮਰਾਠਿਆਂ ਵਿਚਕਾਰ ਸੰਘਰਸ਼ ਕਿਸ ਦੇ ਸ਼ਾਸਨ ਕਾਲ ਤੋਂ ਸ਼ੁਰੂ ਹੋਇਆ অপਸ਼ਨ A ਔਰੰਗਜ਼ੇ B ਹੈ ਜਹਾਂਗੀਰ C ਹੈ ਜੀ ਸ਼ਾਹਜਹਾਂ ਸਹੀ ਆਨਸਰ ਹੈ ਜੀ অপਸ਼ਨ C ਸ਼ਾਹਜਹਾਂ ਦੇ ਸਮੇਂ ਤੋਂ ਹੀ ਮੁਗਲਾਂ ਤੇ ਮਰਾਠਿਆਂ ਦੇ ਵਿੱਚ ਜਿਹੜਾ ਸੰਘਰਸ਼ ਹੈ ਉਹ ਸ਼ੁਰੂ ਹੋ ਗਿਆ ਸੀ। ਕਵੈਸਚਨ ਨੰਬਰ 10 ਹੈ ਜੀ ਕਿਹੜੇ ਵਿਦੇਸ਼ੀ ਯਾਤਰੀ ਨੂੰ 17ਵੀਂ ਸਦੀ ਦਾ ਭਾਰਤ ਦਰਪਣ ਕਿਹਾ ਜਾਂਦਾ ਹੈ অপਸ਼ਨ A ਜੀ ਮਨੂਚੀ B ਹੈ ਜੀ ਰਾਫਲ ਫਿੰਚ C ਹੈ ਜੀ ਪੀਟਰ ਮੁੰਡੀ ਤੇ ਇਸ ਦਾ ਸਹੀ ਆਨਸਰ ਹੈ ਜੀ অপਸ਼ਨ A ਮਨੂਚੀ ਜੀ ਮਨੂਚੀ ਜੋ ਹੈ 14 ਸਾਲ ਦੀ ਉਮਰ ਵਿੱਚ ਵੈਨਿਸ ਤੋਂ ਦੌੜ ਕੇ ਭਾਰਤ ਆਇਆ ਸੀ ਤੇ ਦਾਰਾ ਸਕੋ ਦੀ ਸੈਨਾ ਦੇ ਵਿੱਚ 1653 ਈਸਵੀ ਦੇ ਵਿੱਚ ਭਰਤੀ ਹੋਇਆ ਸੀ ਔਰ ਬਾਅਦ ਦੇ ਵਿੱਚ ਉਹਨੇ ਡਾਕਟਰ ਦੇ ਰੂਪ ਦੇ ਵਿੱਚ ਵੀ ਕੰਮ ਕੀਤਾ ਔਰ ਉਸ ਦੀ ਰਚਨਾ ਦੇ ਵਿੱਚ ਦੱਖਣ ਭਾਰਤ ਤੇ ਭਾਰਤ ਦੇ ਉਦਯੋਗਾਂ ਭਾਰਤ ਦੀ ਆਰਥਿਕ ਦਸ਼ਾ ਦਾ ਸਹੀ ਜ਼ਿਕਰ ਮਿਲਦਾ ਇਸ ਕਰਕੇ ਮਨੂਚੀ ਦੀ ਜਿਹੜੀ 17ਵੀਂ ਸਦੀ ਦਾ ਭਾਰਤ ਦਾ ਦਰਪਣ ਮਨੂਚੀ ਨੂੰ ਕਿਹਾ ਜਾਂਦਾ ਹੈ ਕੁਐਸਚਨ ਨੰਬਰ 15 ਹੈ ਜੀ ਸੌਰੀ 11 ਹੈ ਜੀ 15 ਅਗਸਤ 1947 ਨੂੰ ਭਾਰਤੀਆਂ ਨੂੰ ਸੱਤਾ ਸੌਪਨ ਦਾ ਦਿਨ ਕਿਸ ਨੇ ਨਿਰਧਾਰਤ ਕੀਤਾ ਆਪਸ਼ਨ ਏ ਜੀ ਲਾਰਡ ਮਾਉਂਟਬੈਟਨ ਬੀ ਹੈ ਜੀ ਮਿਸਟਰ ਇਟਲੀ ਸੀ ਹੈ ਜੀ ਮਹਾਤਮਾ ਗਾਂਧੀ ਆਨਸਰ ਆਏਗਾ ਆਪਸ਼ਨ ਏ ਜੀ ਲਾਰਡ ਮਾਉਂਟਬੈਟਨ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 12 ਸਭ ਤੋਂ ਪਹਿਲਾਂ ਦੱਖਣ ਭਾਰਤ ਦੇ ਕਿਹੜੇ ਸ਼ਾਸਕ ਨੇ ਅਕਬਰ ਦੀ ਅਧੀਨਤਾ ਸਵੀਕਾਰ ਕੀਤੀ অপਸ਼ਨ ਹੈ ਸੁਲਤਾਨ ਅਲੀ ਖਾਂ ਬੀ ਹੈ ਮੁਜੱਫਰ ਖਾਂ ਸੀ ਹੈ ਜੀ ਆਦਲ ਸ਼ਾਹ ਜੀ ਸਹੀ ਆਨਸਰ ਹੈ ਜੀ অপਸ਼ਨ ਏ ਜੀ ਸੁਲਤਾਨ ਅਲੀ ਖਾਂ ਨੇ ਜੋ ਕਿ ਖਾਨ ਦੇਸ਼ ਦਾ ਸ਼ਾਸਕ ਸੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 13 ਅਸ਼ੋਕ ਦੇ ਸਾਰਨਾਥ ਲੋ ਸਤੰਭ ਦੇ ਸਿਰਿਆਂ ਤੇ ਚਾਰ ਸ਼ੇਰਾਂ ਦੀ ਮੂਰਤੀ ਵਾਂਗ ਹੋਰ ਕਿਹੜੇ ਸਤੰਭ ਤੇ ਇਸ ਤਰ੍ਹਾਂ ਦੀ ਮੂਰਤੀ ਬਣਵਾਇ ਗਈ ਸੀ অপਸ਼ਨ A ਹੈ ਲੋਹੀਆ ਨੰਦਗੜ ਦਾ ਸਤੰਭ B ਹੈ ਜੀ ਤਕਸ਼ੀਲਾ ਦਾ ਸਤੰਭ C ਹੈ ਇਲਾਹਾਬਾਦ ਦਾ ਸਤੰਭ ਸਹੀ ਆਨਸਰ ਆਏਗਾ অপਸ਼ਨ A ਜੀ ਲੋਹੀਆ ਨੰਦਗੜ ਦੇ ਸਤੰਭ ਦਾ ਵਿੱਚ ਵੀ ਜਿਹੜਾ ਹੈ ਅਸ਼ੋਕ ਦੇ ਸਾਰਨਾਥ ਦੇ ਲੋ ਸਤੰਭ ਦੇ ਸਿਰਿਆਂ ਦੀ ਤਰ੍ਹਾਂ ਚਾਰ ਸ਼ੇਰਾਂ ਦੀਆਂ ਮੂਰਤੀਆਂ ਬਣਵਾਈਆਂ ਗਈਆਂ ਸੀ ਜੀ ਔਰ ਜੇਕਰ ਪੁੱਛਿਆ ਜਾਏ ਕਿ ਅਸ਼ੋਕ ਦਾ ਸਾਰਨਾਥ ਸਤੰਭ ਕਿੱਥੇ ਆ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਹੈ ਜੀ ਔਰ ਲੋਹਿਆਨੰਦਗੜ੍ਹ ਦਾ ਸਤੰਭ ਜਿਹੜਾ ਉਹ ਬਿਹਾਰ ਦੇ ਵਿੱਚ ਹੈ ਜੀ ਔਰ ਸਾਡਾ ਰਾਸ਼ਟਰੀ ਚਿੰਨ੍ਹ ਹੈ ਜੀ ਜਿਹਦਾ ਹੁਣ ਕਾਫੀ ਜ਼ਿਆਦਾ ਆਪਾਂ ਨੂੰ ਪਤਾ ਹੈ ਚਰਚਾ ਦੇ ਵਿੱਚ ਹੈ ਜੀ ਸ਼ੇਰ ਦੇ ਮੂੰਹ ਖੁੱਲਿਆਂ ਨੂੰ ਲੈ ਕੇ ਕੁਛ ਇਦਾਂ ਦਾ ਜਿਹੜਾ ਹੈ ਚੱਲ ਰਹੀ ਹੈ ਜੀ ਕੰਟਰੋਵਰਸੀ ਕੁਐਸਚਨ ਨੰਬਰ ਅੱਗੇ 14 ਹੈ ਜੀ ਸਭ ਤੋਂ ਪਹਿਲਾਂ ਕਿਸ ਨੇ ਦੱਸਿਆ ਕਿ ਸਾਰੀਆਂ ਚੀਜ਼ਾਂ ਕੁਦਰਤ ਦੇ ਨਿਯਮ ਅਨੁਸਾਰ ਧਰਤੀ ਤੇ ਡਿੱਗਦੀਆਂ ਹਨ ਆਪਸ਼ਨ A ਆਰੀਆਪੱਟ B ਹੈ ਬ੍ਰਹਮ ਗੁਪਤ C ਹੈ ਜੀ ਵਰਾ ਮਿਹਰ ਸਹੀ ਅਨਸਰ ਆਏਗਾ ਆਪਸ਼ਨ ਬੀ ਜੀ ਬ੍ਰਹਮਗੁਪਤ ਜੀ ਸੋ ਬ੍ਰਹਮਗੁਪਤ ਜਿਹੜਾ ਹੈ ਗੁਪਤ ਕਾਲ ਦਾ ਪ੍ਰਸਿੱਧ ਗ੍ਰਿਤ ਸ਼ਾਸਤਰੀ ਤੇ ਖਗੋਲ ਵਿਗਿਆਨੀ ਸੀ ਜੀ ਜਿਸ ਨੇ ਧਰਤੀ ਦੀ ਗੁਰਤਾ ਖਿੱਚ ਬਾਰੇ ਜਿਹੜਾ ਹੈ ਨਿਊਟਨ ਤੋਂ ਵੀ ਸਦੀਆਂ ਪਹਿਲਾਂ ਦੱਸ ਦਿੱਤਾ ਸੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 15 ਗੁਪਤ ਕਾਲ ਦੇ ਨਾਟਕਾਂ ਵਿੱਚ ਪਾਤਰ ਕਿਹੜੀ ਭਾਸ਼ਾ ਬੋਲਦੇ ਸਨ ਆਪਸ਼ਨ A ਜੀ ਪਾਲੀ B ਹੈ ਪ੍ਰਕਿਰਤਿਕ C ਹੈ ਜੀ ਸੰਸਕ੍ਰਿਤ ਆਪਸ਼ਨ D ਹੈ ਜੀ B ਤੇ C ਦੋਨੋਂ ਸਹੀ ਆਨਸਰ ਹੈ ਜੀ ਆਪਸ਼ਨ ਡੀ ਬੀ ਤੇ ਸੀ ਯਾਨੀ ਕਿ ਪ੍ਰਕਿਰਤਿਕ ਤੇ ਸੰਸਕ੍ਰਿਤ ਦੋਵੇਂ ਜਿਹੜੇ ਨਾਟਕ ਵਗੈਰਾ ਖੇਲੇ ਜਾਂਦੇ ਸੀ ਗੁਪਤ ਕਾਲ ਦੇ ਸਮੇਂ ਉਹਨਾਂ ਦੇ ਵਿੱਚ ਭਾਸ਼ਾ ਬੋਲੀਆਂ ਜਾਂਦੀਆਂ ਸੀ ਕੁਐਸਚਨ ਨੰਬਰ 16 ਜੀ ਵਿਸ਼ਵਾ ਨਾਮਕ ਭੂਮੀ ਦੇ ਮਾਪ ਦੀ ਇਕਾਈ ਦੀ ਸ਼ੁਰੂਆਤ ਕਿਸ ਦੇ ਸਮੇਂ ਹੋਈ ਆਪਸ਼ਨ A ਮੁਹੰਮਦ ਗੋਰੀ B ਹੈ ਅਲਾਉਦੀਨ ਖਿਲਜੀ C ਹੈ ਬਲਬਨ ਆਨਸਰ ਆਏਗਾ ਆਪਸ਼ਨ B ਜੀ ਅਲਾਉਦੀਨ ਖਿਲਜੀ ਨੇ ਵਿਸ਼ਵਾ ਨਾਮਕ ਕਈ ਵਾਰੀ ਕੁਐਸਚਨ ਆਉਂਦਾ ਹੈ ਵਿਸ਼ਵਾ ਕੀ ਹੈ ਤਾਂ ਵਿਸ਼ਵਾ ਭੂਮੀ ਨੂੰ ਨਾਪਣ ਦੀ ਇੱਕ ਇਕਾਈ ਹੈ ਔਰ ਇਸਦੀ ਸ਼ੁਰੂਆਤ ਹੋਈ ਸੀ ਅਲਾਉਦੀਨ ਖਿਲਜੀ ਦੇ ਸਮੇਂ ਕੁਐਸਚਨ ਨੰਬਰ 17 ਹੈ ਜੀ ਭਾਰਤ ਵਿੱਚ ਮੱਕੀ ਦੀ ਫਸਲ ਕੌਣ ਲੈ ਕੇ ਆਏ ਆਪਸ਼ਨ A ਫ੍ਰਾਂਸੀਸੀ B ਹੈ ਪੁਰਤਗਾਲੀ C ਹੈ ਅੰਗਰੇਜ਼ੀ ਸਹੀ ਆਨਸਰ ਹੈ ਜੀ ਆਪਸ਼ਨ B ਜੀ ਪੁਰਤਗਾਲੀ ਔਰ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਆਉਣ ਵਾਲੀ ਵਿਦੇਸ਼ੀ ਜਿਹੜੀ ਸ਼ਕਤੀ ਸੀ ਉਹ ਵੀ ਪੁਰਤਗਾਲੀ ਸੀ ਆਪਾਂ ਨੂੰ ਪਤਾ ਹੈ ਕਿ 1498 ਦੇ ਵਿੱਚ ਵਾਸਕੋ ਡਗਾਮਾ ਜਿਹੜਾ ਭਾਰਤ ਆਇਆ ਸੀ ਜੀ ਔਰ ਇਸ ਤੋਂ ਇਲਾਵਾ ਜਿਹੜਾ ਤਬਾਕੂ ਮਿਰਚ ਆਲੂ ਵੀ ਜਿਹੜੇ ਨੇ ਇਹ ਵੀ ਪੁਰਤਗਾਲੀ ਲੈ ਕੇ ਆਏ ਸੀ ਪਰ ਜੇਕਰ ਮੱਕੀ ਦਾ ਜਨਮਦਾਤਾ ਪੁੱਛਿਆ ਜਾਂਦਾ ਤਾਂ ਮੱਕੀ ਦਾ ਜਨਮਦਾਤਾ ਅਮਰੀਕਾ ਸੀ ਕੁਐਸਚਨ ਨੰਬਰ 18 ਜੀ ਕਿਹੜਾ ਅੰਦੋਲਨ ਚੋਰਾਚੋਰੀ ਦੀ ਘਟਨਾ ਕਾਰਨ ਖਤਮ ਕੀਤਾ ਗਿਆ ਆਪਸ਼ਨ ਐ ਜੀ ਚੰਪਾਰਨ ਬੀ ਹੈ ਜੀ ਭਾਰਤ ਛੱਡੋ ਅੰਦੋਲਨ ਸੀ ਹੈ ਜੀ ਆਸਹਿਯੋਗ ਅੰਦੋਲਨ ਜੀ ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ ਅਸਹਿਯੋਗ ਨਾਨ ਕੋਆਪਰੇਸ਼ਨ ਮੂਵਮੈਂਟ ਜਿਹੜਾ ਹੈ ਉਹ ਖਤਮ ਕੀਤਾ ਗਿਆ ਸੀ 5 ਫਰਵਰੀ 1922 ਨੂੰ ਚੌਰਾਚੌਰੀ ਦੀ ਘਟਨਾ ਦੇ ਕਾਰਨ ਦੀ ਚੌਰਾਚੌਰੀ ਆਪਾਂ ਨੂੰ ਘਟਨਾਪਾਖ ਕਾਫੀ ਵਾਰ ਡਿਸਕਸ ਕਰ ਚੁੱਕੇ ਹਾਂ ਕਿ ਉੱਤਰ ਪ੍ਰਦੇਸ਼ ਦੇ ਵਿੱਚ ਕੁਝ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਨੇ ਇੱਕ ਪੁਲਿਸ ਥਾਣੇ ਨੂੰ ਅੱਗ ਲਗਾ ਦਿੱਤੀ ਸੀ ਔਰ ਜਿਸ ਦੇ ਕਾਰਨ ਜਿਹੜਾ ਮਹਾਤਮਾ ਗਾਂਧੀ ਨੇ ਉਹ ਅੰਦੋਲਨ ਜਿਹੜਾ ਵਾਪਸ ਲੈ ਲਿਆ ਸੀ ਕੁਐਸਚਨ ਨੰਬਰ 19 ਹੈ ਜੀ ਸਤੰਤਰਤਾ ਦਾ ਬੂਟਾ ਦਾ ਸਬੰਧ ਕਿਸ ਨਾਲ ਹੈ ਆਪਸ਼ਨ A ਜੀ ਹైదਰ ਅਲੀ ਬੀ ਹੈ ਟੀਪੂ ਸੁਲਤਾਨ ਆਪਸ਼ਨ C ਹੈ ਜੀ ਸ਼ਿਵਾਜੀ ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਬੀ ਹੈ ਜੀ ਟੀਪੂ ਸੁਲਤਾਨ ਦੇ ਨਾਲ ਸੰਬੰਧ ਹੈ ਜੀ ਸੁਤੰਤਰਤਾ ਦੇ ਬੂਟੇ ਦਾ ਔਰ ਟੀਪੂ ਸੁਲਤਾਨ 1782 ਈਸਵੀ ਦੇ ਵਿੱਚ ਆਪਣੇ ਪਿਤਾ ਹੈਦਰ ਅਲੀ ਦੀ ਮੌਤ ਤੋਂ ਬਾਅਦ ਮੈਸੂਰ ਦਾ ਰਾਜਾ ਬਣਿਆ ਸੀ ਜੀ ਕੁਐਸਚਨ ਨੰਬਰ ਬੀ ਹੈ ਜੀ ਕਿਹੜੇ ਅੰਦੋਲਨ ਤਹਿਤ ਨਸ਼ਾ ਬੰਦੀ ਦਾ ਪ੍ਰਚਾਰ ਕੀਤਾ ਗਿਆ ਆਪਸ਼ਨ ਹੈ ਜੀ ਭਾਰਤ ਛੱਡੋ ਬੀ ਹੈ ਖিলাਫਤ ਸੀ ਹੈ ਜੀ ਆਸਹਿਯੋਗ ਨਾਨ ਕੋਆਪਰੇਸ਼ਨ ਮੂਵਮੈਂਟ ਸਹੀ ਆਨਸਰ ਹੈ ਜੀ ਆਪਸ਼ਨ ਸੀ ਸੋ ਅਸਹਿਯੋਗ ਜਿਹੜਾ ਨਾਨ ਕੋਆਪਰੇਸ਼ਨ ਮੂਵਮੈਂਟ ਸੀ ਉਸੇ ਦੇ ਤਹਿਤ ਜਿਹੜਾ ਹੈ ਨਸ਼ਾ ਬੰਦੀ ਦਾ ਵੀ ਪ੍ਰਚਾਰ ਜਿਹੜਾ ਹੈ ਕੀਤਾ ਗਿਆ ਸੀ ਸੋ ਇਹ ਸੀ ਜੀ ਅੱਜ ਦੇ ਇੰਪੋਰਟੈਂਟ 20 ਐਮਸੀਕਿਊਜ਼ ਵੀਡੀਓ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਜਰੂਰ ਕਰਨਾ ਔਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਨਵੇਂ ਵਿਦਿਆਰਥੀ ਜਿਹੜੇ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਇੱਕ ਟੌਪਿਕ ਦੀ ਵੀਡੀਓ ਤੁਹਾਨੂੰ ਮਿਲ ਜੇਗੀ ਸਿਰਫ ਪਲੇਲਿਸਟ 'ਚ ਜਾਣ ਦੀ ਲੋੜ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਊਗਾ ਸੋ ਥੈਂਕ